सांझ पंजाब टीवी देखते समूह दर्शकों नूं राम सिंह कल्याण वालों प्यार भरी सत श्री अकाल। दोस्तों, जिवें पंजाब सरकार वालों दावे किए जा रहे कि कोरोना के टैस्ट लई असीं टीमां बना दीआं पिंडां विच जाणगे, ते इसे कारण करके नथाणा के कम्यूनिटी हैल्थ सेंटर विचों मरीजां नूं काफ़ी समस्यावां आ रही सन, जिस करके असीं कवरेज लिए पहुँचे। नाले साडा मकसद सी कि असी भी आपदा COVID-19 कोरोना टैस्ट करवा लवेंगे, पर उत्थे जाके मंजर होर ही देखिया भी परची वाली चेयर ते कोई ड्यूटी ते मुलाजम ही हाजिर नहीं सन। पहला पुछया कहिंदे जी रोटी खा रहे आ, ते फिर काफ़ी टाइम बाद आए तो कहिंदे भी हले इत्थे आए नहीं हो। ते फिर असी एक कमरे में अपना नाम दर्ज करा के जदों अपना जिथे कोर्ट दे टेस्ट होंदे आ उत्थे लैबोरेटरी विच गए, तां अगों उत्थे जो महिला लेडी मुलाजम सी काफ़ी परेशान लग रही सी, हो सकदा इत्थे स्टाफ दी घाट होवे। उन्हां ने मरीज इकट्ठे होण तों बाद टेस्ट चालू करन दी गल कही, ते मैं वापस आ गया ते अपना सैंपल दित्ते बगैर, ते पर बाद विच शाम नूं मैनूं फोन ते मैसेज आया वी ਤੁਹਾਡਾ ਜੋ ਸੈਂਪਲ ਲਿਆ ਗਿਆ ਸੀ ਉਹ ਨੈਗੇਟਿਵ ਆ ਗਿਆ। ਸੋ ਇਸ ਤਰ੍ਹਾਂ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਬਹੁਤ ਵੱਡੀ ਲਾਪਰਵਾਹੀ ਆ ਵੀ ਬਿਨਾਂ ਟੈਸਟ ਕੀਤੇ ਹੀ ਦੁਬਾਰਾ ਟੈਸਟ ਚਾਲੂ ਨਹੀਂ ਕਰਦੇ। ਪਰ ਇੱਧਰ ਜਿਹੜੇ ਪਰਚੀਆਂ ਕੱਟਣ ਵਾਲੇ ਮੈਡਮ ਸੀ ਉਹ ਆਪਣੇ, ਜਦੋਂ ਮੈਂ 20 ਮਿੰਟ ਬਾਅਦ ਫਿਰ ਇੱਥੇ ਆਇਆ ਫਿਰ ਨਹੀਂ ਆਪਣੀ ਚੇਅਰ 'ਤੇ ਸੀਗੇ, ਅਤੇ ਫਿਰ ਇਸ ਤਰ੍ਹਾਂ ਮੈਂ ਵੇਟ ਕਰਦਾ ਰਿਹਾ ਉੱਥੇ। 35 ਤੋਂ 40 ਮਿੰਟ ਮੈਂ ਉੱਥੇ ਰਿਹਾ ਪਰ ਮੈਨੂੰ ਕੋਈ ਨਾਂ ਨਾ ਮਿਲਿਆ। ਅਖੀਰ ਨੂੰ ਮੈਂ ਆਪਣੇ ਉੱਥੇ ਲੈਬੋਰਟਰੀ 'ਚ ਵਾਪਸ ਆ ਕੇ ਤਾਂ ਜਿੱਥੇ ਮੈਂ ਇਸ ਕਮਰੇ ਵਿੱਚ ਨਾਮ ਦਰਜ ਕਰਵਾਇਆ ਸੀ, ਮੇਰਾ ਅੱਜ ਦੀ ਤਰੀਕ ਵਿੱਚ 15 ਨੰਬਰ 'ਤੇ ਨੇਮ ਦਰਜ ਹੈ, ਅਤੇ ਇਸ ਕਰਕੇ ਮੈਂ ਕਾਫ਼ੀ ਖੱਜਲ ਖੁਆਰ ਹੋ ਕੇ ਖੁਦ ਵੀ ਆਪ ਵਾਪਸ ਮੁੜਿਆ ਆਇਆ ਵੀ ਧੰਨ ਆ ਇਹੋ ਜਿਹੀਆਂ ਸਰਕਾਰਾਂ 'ਤੇ, ਇਹੋ ਜਿਹੇ ਸਰਕਾਰਾਂ ਦੇ ਸਿਹਤ ਦੇ ਢਾਂਚੇ ਜਿਹੜੇ ਵੀ 35-35 ਮਿੰਟ ਆਮ ਮਰੀਜ਼ਾਂ ਨੂੰ ਤਾਂ ਖੜਾਉਣਾ ਹੀ ਆ, ਵੀ ਆਪ ਜਿਹੜਾ ਆਮ ਬੰਦਾ ਕਵਰੇਜ ਕਰਨ ਜਾਂਦਾ ਵੀ ਉਹਨੂੰ ਵੀ ਇਸ ਤਰ੍ਹਾਂ ਲਮਕਾਇਆ ਜਾਂਦਾ, ਜੋ ਇੱਕ ਬਹੁਤ ਮੰਦਭਾਗੀ ਗੱਲ ਆ। ਇਹ ਅਸੀਂ ਅੱਜ ਲਗਭਗ 12 ਵੱਜ ਕੇ ਇੱਥੇ ਅਖੀਰ 'ਤੇ ਅਸੀਂ 10 ਮਿੰਟ ਅਤੇ 8 ਮਿੰਟ 'ਤੇ ਰਿਕਾਰਡਿੰਗ ਕੀਤੀ ਆ, ਅਤੇ ਜਦਕਿ ਅਸੀਂ ਇੱਥੇ ਤੋਂ ਪਹਿਲਾਂ ਹੀ ਪਹੁੰਚ ਗਏ ਸੀ, ਕਾਫ਼ੀ ਸਮਾਂ ਅਸੀਂ ਵੇਟ ਵੀ ਕੀਤੀ ਆ। ਅਤੇ ਆਹ ਲੈਬੋਰਟਰੀ ਆ ਜਿਹੜੀ 12 ਵਜੇ ਇਹ ਬੰਦ ਪਈ ਆ, ਅਤੇ ਆਹ ਜਿੱਥੇ ਵੀ ਸੈਂਪਲ ਕਲੈਕਸ਼ਨ ਇਕੱਠੇ ਕੀਤੇ ਜਾਂਦੇ ਆ ਅਤੇ ਇੱਥੋਂ ਅੱਗੇ ਟੈਸਟ ਕੀਤਾ ਜਾਂਦਾ ਹੈ। ਸੋ ਮੈਨੂੰ ਇਹ ਲੱਗਦਾ ਕਿ ਸੈਂਪਲਾਂ ਦੇ ਟੈਸਟ ਪ੍ਰਤੀ ਸਰਕਾਰ ਕੋਈ ਵੀ ਗੰਭੀਰ ਆ, ਲੋਕਾਂ ਨੂੰ ਵੀ ਮਰੀਜ਼ਾਂ ਨੂੰ ਜ਼ਰੂਰੀ ਕੀਤਾ ਹੋਇਆ ਕੋਰਟ ਦਾ ਟੈਸਟ ਕਰਵਾਉਣਾ, ਪਰ ਜਦੋਂ ਪਰਚੀਆਂ ਵਾਲੇ ਮੈਡਮ ਆਪਣੀ ਚੇਅਰ 'ਤੇ ਨਹੀਂ ਬੈਠਣਗੇ ਅਤੇ 15-20 ਮਰੀਜ਼ ਕਿੱਥੋਂ ਇਕੱਠੇ ਹੋਣਗੇ, ਅਤੇ ਜਿਹੜੇ ਵੇਟਿੰਗ ਕਰ ਰਹੇ ਆ ਉਹਦਾ ਟੈਸਟ ਕਰਵਾਉਣ ਲਈ, ਅਤੇ ਉਹ ਕਿੰਨਾ ਚਿਰ ਵੇਟ ਕਰਨਗੇ, ਇਸ ਬਾਰੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਅਤੇ ਬਣਦੀ ਜੋ ਕਾਰਵਾਈ ਕਰਨੀ ਚਾਹੀਦੀ ਹੈ। ਅਖੀਰ ਆ ਕੇ ਮੈਂ ਦੁਬਾਰਾ ਇੱਥੇ ਆ ਕੇ ਮੈਡਮ ਦੁਆਰਾ ਆਪਣਾ ਨੰਬਰ ਪੁੱਛਿਆ ਜੋ ਦੱਸ ਰਹੇ ਆ। ਕੀ ਨੇਮ ਤੇ ਦੱਸਿਓ? ਹਾਂਜੀ, ਠੀਕ ਆ ਜੀ, ਓਕੇ। ਉਹ ਮੈਡਮ ਬੰਦ ਕਰੀ ਬੈਠਿਆ ਸੈਂਪਲ ਜੀ, ਸੈਂਟਰ ਕਿੱਧਰਲਾ ਬਾਹਰਲਾ ਜੀ? ਸੋ ਦਰਸ਼ਕੋ, ਤੁਸੀਂ ਜਿਹੜੇ ਮੈਡਮ ਡਿਊਟੀ 'ਤੇ ਵੀ ਅੰਦਰ ਆਪਣੇ ਨੇਮ ਦਰਜ ਕਰ ਰਹੇ ਆ, ਉਹਨਾਂ ਨੇ ਦੱਸ ਰਹੇ ਆ ਕਿ ਉਹ 15-20 ਜਾਂ 12 ਮਰੀਜ਼ ਹੋਣਗੇ, ਅਸੀਂ ਉਦੋਂ ਚਲਾਵਾਂਗੇ। ਮੈਂ ਬਾਅਦ 'ਚ ਆ ਕੇ ਟਾਈਮ ਨੋਟ ਕੀਤਾ 12:09, ਅਤੇ ਇਸ ਤਰ੍ਹਾਂ ਇਹ ਕੋਈ ਵਧੀਆ ਮਾਹੌਲ ਨਹੀਂ ਪੰਜਾਬ ਸਰਕਾਰ ਦਾ। ਮੈਂ ਰਾਮ ਸਿੰਘ ਕਲਿਆਣ, ਸਾਂਝ ਪੰਜਾਬ ਟੀਵੀ ਲਈ, ਕਮਿਊਨਿਟੀ ਹੈਲਥ ਸੈਂਟਰ ਨਥਾਣਾ ਬਠਿੰਡਾ।